ਪੁੱਛ ਲਈ ਮੜਾ ਆ ਅਸੀਂ ਮਿੱਤਰੋ ਰੈਮਿੰਗ ਕੱਢਣ ਦੀ ਤਿਆਰੀ ਚ ਤੇ ਮਾਵਣਾ ਆਪਣਾ ਬਾਈ ਲਾਈ ਜਾਂਦਾ ਉਹ ਪਾਊਡਰ ਜਾਂ ਤੇ ਡਰਿਲ ਨੂੰ ਦੇਖਦੇ ਆ ਕੱਢ ਕੇ ਚਮਕ ਬਣੂਗਾ ਜੇ ਤਾਂ ਸਾਨੂੰ ਲੋਟ ਲੱਗਿਆ ਫਿਰ ਤਾਂ ਨਵੀਂ ਸੀਸੀ ਲੈ ਆਵਾਂਗੇ ਨਹੀਂ ਫਿਰ ਪੇਂਟ ਹੀ ਕਰਾ ਦਾਂਗੇ ਕੱਢੂਗਾ ਕੱਢੂਗਾ ਯਾਰ ਆਹ ਦੇ ਰੰਗ ਤਾਂ ਉੱਠਣ ਲੱਗੇ ਹੂੰ ਲਿਆ ਲਿਆ ਕੱਢੂਗਾ ਜੋ ਤੱਕ ਖੱਦਰ ਦਾ ਪੁੱਛ ਲੈਣਾ ਤੇ ਲਾਈਟਾਂ ਵੀ ਲਾਉਣੀਆਂ ਹਲੇ ਮਿੱਤਰੋ ਓਏ ਲਾਈਟਾਂ ਹੋਰ ਲਿਆਵਾਂਗੇ ਓਏ ਕਿਉਂ ਉਹ ਅੱਡੀਆਂ ਅੱਡੀਆਂ ਮੈਂ ਕੱਲ ਭੁੱਲ ਗਿਆ ਫੜ ਕੇ ਲਿਆਉਣੀਆਂ ਜਾਂਦੇ ਟੈਂਕਸ਼ਨ ਇਹ ਵਧੀਆ ਨਹੀਂ ਹੈ ਲਾਲ ਜੀ ਉਹ ਵੱਡੀਆਂ ਅੱਡੀਆਂ ਅੱਡੀਆਂ ਉਹ ਅੱਡੀਆਂ ਅੱਡੀਆਂ ਕਿਹੜੀਆਂ ਆਹ ਖਾਣੀਆਂ ਟਿੱਕੇ ਜੇ ਬਣ ਲੱਗ ਗਈ ਬਣ ਗਈ ਉਹ ਤੋਂ ਯਾ ਮਾਰਦਾ ਯਾਰ ਮੈਂ ਬਣਦੀ ਆ ਇਹ ਬਾਬਾ ਲਾਉਣੀ ਪਊਗੀ ਡੱਬੀਆਂ ਦੀਆਂ ਡੱਬੀਆਂ ਲੱਗ ਜਾਣਗੀਆਂ ਬੰਦੇ ਸਾਡੇ ਡਰਿਲ ਫੜਾਈ ਵੇ ਹੱਥ ਚ ਇਹ ਕੰਮ ਲੋਟ ਆ ਡਰਿਲ ਦੀ ਲੋੜ ਆ ਫਿਰ ਡਰਿਲ ਨਾਲ ਜ਼ੋਰ ਲੱਗਦਾ ਇਹਦੇ ਨਾਲ ਵਧੀਆ ਨਿਕਲਦੀ ਆ ਡਰਿਲ ਨਾਲ ਤੁਸੀਂ ਦੂਜੋ ਮਾਰੋ ਮੈਂ ਦੂਜਾ ਫੇਰ ਦਿਖਾਉਣੇ ਆ ਗਏ ਬਾਬੇ ਫੇਰ ਦਿਖਾਉਣੇ ਚਲੋ ਬਾਏ ਪੈਂਦਾ ਵਰਕ ਦੇਖੋ ਇਧਰ ਦੇਖ ਇਧਰ ਲੈ ਇਧਰ ਦਿਖਾ ਦਿਖਾ ਦੇ ਥੱਲੇ ਦਿਖਾ ਦੇ ਇਧਰ ਹੋ ਇਧਰ ਦਿਖਾ ਦੇ ਪੈਂਦਾ ਵਰਕ ਪੂਰਾ ਇਹਦੇ ਤੇ ਜ਼ੂਮ ਕਰਕੇ ਰੰਗ ਦਾ ਫਰਕ ਦਿਖਾ ਦੇ ਤਾਂ ਤੋਂ ਨਾਲੇ ਇੱਥੇ ਨਾਲੇ ਤਾਂ ਤੋਂ ਰੰਗ ਦਿਖਾ ਦੇ ਚਲਾ ਦਿੰਦੇ ਪੂਰੀ ਤੇ ਡੱਬੀਆਂ ਦੀਆਂ ਡੱਬੀਆਂ ਲਾ ਦਾਂਗੇ ਫਿਰ ਦੋ ਡੱਬੀਆਂ ਤਾਂ ਲਾ ਤੀਆਂ ਤੇ ਚਲੋ ਫਿਰ ਦੇਖਦੇ ਆ ਫਰਕ ਵਾਹਵਾ ਪੈਂਦਾ ਦੇਖ ਇੱਧਰ ਕਿਤੇ ਰੰਗ ਕਿਤੇ ਆ ਦੇਖ ਕਿਤੇ ਆ ਦੇਖ ਚਲੋ ਦਿਖਾਉਣੇ ਅੱਗੇ ਫਿਰ ਹਾਂਜੀ ਬਾਬੇ ਉਹ ਤੁਹਾਨੂੰ ਸੋ ਦਾ ਦਿਖਾਈਏ ਫਰਕ ਬਹੁਤ ਫਰਕ ਪੈਂਦਾ ਗਾ ਕਿੱਥੇ ਤਾਂ ਆਹ ਵੇਖੋ ਕਿੱਥੇ ਆਹ ਵੇਖੋ ਆਹ ਟੈਂਕੀ ਵੇਖੋ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸੋ ਕਿ ਫਰਕ ਪੈਂਦਾ ਕਿ ਨਹੀਂ ਸਾਨੂੰ ਕਰਨੀ ਚਾਹੀਦੀ ਆ ਮਿਹਨਤ ਕਿ ਨਹੀਂ ਕਿੱਥੇ ਆਹ ਰੰਗ ਦੇਖੋ ਬਾਬੇ ਕਿੱਥੇ ਯਾਰ ਆਹ ਰੰਗ ਦੇਖੋ ਕਾਫੀ ਫਰਕ ਪੈਂਦਾ ਗਾ ਤੇ ਲਾ ਦਾਂਗੇ ਪੂਰਾ ਜ਼ੋਰ ਬੰਦੂਕ ਲਾਉਣੀ ਪੈਣੀ ਆ ਕਿ ਨਹੀਂ ਬਾਕੀ ਵੀਡੀਓ 'ਚ ਉਹਨਾਂ ਦਿਖਦਾ ਨਹੀਂ ਹੋਣਾ ਵੀਡੀਓ 'ਚ ਲਾਈਵ ਕਰ ਦਿੰਦੇ ਆ ਫਿਰ ਇੱਥੇ ਬਹੁਤ ਫਰਕ ਪੈਂਦਾ ਗਾ ਓਏ ਹੁਣ ਪਤਾ ਲੱਗਦਾ ਸੋ ਦਾ ਹੁਣ ਲੱਗਦਾ ਪਤਾ ਬਾਬੇ ਪੂਰਾ ਹੀ ਬਣਾ ਦੇਣੀ ਪੂਰੀ ਗੱਲ ਯਾਰ ਇੱਥੇ ਲੱਗ ਗਿਆ ਬਾਈ ਦੋਧੀ ਕੱਖ ਗੁਜ਼ਰਨ ਆਪਾਂ ਲਾਉਣੇ ਟਰੈਕਟਰ ਅੰਦਰ ਡਰਿਲ ਤਾਂ ਚੱਕ ਲਿਓ ਡਰਿਲ ਚੱਕ ਲਿਓ ਮਸ਼ੀਨ ਗਾਂਹ ਕਰ ਦੇ ਕਰ ਲਾ ਓਏ ਮਗਰ ਭਾਰ ਦੇ ਮੂਹਰੋਂ ਚੱਕੀ ਜਾਊਗੀ ਮਗਰ ਭਾਰ ਦੇ ਮੂਹਰੋਂ ਚੱਕੀ ਜਾਊ ਹਾਂ ਐ ਜਾਣ ਦੇ ਬਸ ਇੱਥੇ ਠੀਕ ਆ ਬਸ ਦੇਖੋ ਵੀ ਮਿੱਤਰੋ ਕਿਆ ਬਾਤਾਂ ਹੋ ਗਈਆਂ ਨੇ ਰੰਗ ਦੀਆਂ ਐ ਲੱਗਦਾ ਨਾ ਜਿਵੇਂ ਨਵਾਂ ਹੁੰਦਾ ਜਮਾਂ ਹਾਂ ਕੀ
बनाती पूरी गल ते समान पे आपां करी जांदे सी ਕਿੱਥੇ ਆ ਰੰਗ ਦੇਖੋ ਬਾਬੇ ਕਿੱਥੇ ਆ ਰੰਗ ਦੇਖੋ ਤੁਸੀਂ ਫਰਕ ਤਾਂ ਬਹੁਤ ਲੱਗਦਾ ਮੈਂ ਮੈਂ ਬਾਲੀ ਪਾਵਾਂਗੇ ਆ ਨਾ ਬਾਹਰ ਹਟਣਾ ਹਾਂਜੀ ਲਓ ਜੀ ਆਪਣਾ ਮਾਵਣਾ ਬਾਈ ਤੇ ਕੱਲ ਥੋੜਾ ਕ ਰੈਕ ਕੀਤਾ ਸੀਗਾ ਆਪਾਂ ਰਮਿੰਗ ਦਾ ਤੇ ਸੀਸੀਆਂ ਸੂਸੀਆਂ ਮੁੱਕੀਆਂ ਸੀ ਤੇ ਉਹ ਮੰਗਾਈਆਂ ਗਈਆਂ ਤੇ ਅੱਜ ਕਰ ਦਿਆਂਗੇ ਮਿੱਤਰੋ ਜਿੰਨਾ ਕੁ ਅੱਜ ਹੋਇਆ ਉਨਾ ਕੁ ਕਰਾਂਗੇ ਤੇ ਬਾਕੀ ਉਹ ਲੈ ਕੇ ਆਉਂਦਾ ਟਰੈਕਟਰ ਇੱਥੇ ਤੁਸੀਂ ਦੇਖੋ ਇੱਥੇ ਸਾਵੇਂ ਆ ਯਾਰ ਵਧੀਆ ਇੱਥੇ ਸਾਵੇਂ ਕਰਾਂਗੇ ਫਿਰ ਆਹ ਮਗਰ ਵੀ ਮਾਰਨ ਵਾਲੀ ਹੈਗੀ ਰਿਮਾਂ ਰੁਮਾਂ 'ਚ ਸਾਰੇ ਕਿਤੇ ਮਾਰਨ ਵਾਲੀ ਹੈਗੀ ਦੇਖੇ ਬਾਬੇ ਉਹ ਪੈਂਦਾ ਬਹੁਤ ਫਰਕ ਪੈ ਗਿਆ ਯਾਰ ਚਮਕਦਾ ਟਰੈਕਟਰ ਕਿਉਂ ਤੂਤੀ ਹਾਂਜੀ ਸਾਨੂੰ ਤਾਂ ਬਾਬਾ ਡੱਕ ਗਏ ਜਮਾਂ ਰੰਗ ਨਾਲ ਥੱਲੇ ਤੱਕ ਲੈ ਜਮਾਂ ਡੱਕ ਗਏ ਸਾਨੂੰ ਰੰਗ ਨਾਲ ਤੇ ਮਾਉਣਾ ਬਚ ਗਿਆ ਅਸੀਂ ਕਰੀ ਜਾਂਦੇ ਸੀ ਬਾਬੇ ਟਰੈਕਟਰ ਦੀ ਰਿਪੇਅਰ ਸਾਨੂੰ ਡੱਕ ਗਏ ਜਮਾਂ ਤੇ ਪੂਰੀ ਕਿਆ ਗੱਲਬਾਤ ਹੋ ਗਈ ਲਓ ਵੀ ਬਾਬੇ ਆ ਗਏ ਢੋਲ ਵਾਲੇ ਢੋਲ ਵਾਲੇ ਆ ਗਏ ਢੋਲ ਵਾਲੇ ਬਾਬੇ ਆ ਗਈ ਜਾਨ ਹੋਲੀ ਲਿਆਉਂਦੇ ਨੇ
ਲਓ ਜੀ ਬਾਬਿਓ ਅਸੀਂ ਅੱਧੀ ਕੁ ਕਰਤੀ ਕੰਪਲੀਟ ਅਤੇ ਵਿੱਚ ਦੀ ਆ ਗਏ ਸੀਗੇ ਆਪਣੇ ਹੋਲੀ ਦੀਆਂ ਵਧਾਂਗਾਂ ਵਾਲੇ ਅਤੇ ਰੰਗ ਲਾਉਣ ਵਾਲੇ ਭਰ ਗਏ ਸਨ ਅਤੇ ਪਿੱਛੇ ਤੁਸੀਂ ਦੇਖਿਆ ਹੀ ਹੋਊਗਾ ਅਤੇ ਹੁਣ ਅਸੀਂ ਸ਼ੀਸ਼ੇ ਵੀ ਖੋਲ੍ਹਤੇ ਦੋਨੇ ਸਾਈਡਸ ਵਾਲੇ ਅਤੇ ਆਹ ਵੀ ਖੋਲ੍ਹਤੀ ਅਤੇ ਲਾਈਟਾਂ ਵੀ ਖੋਲ੍ਹਤੀਆਂ ਅਤੇ ਇੱਕ ਲਾਈਟ ਯਾਰ ਭੰਨੀ ਗਈ ਆਹ ਥੋੜ੍ਹੀ ਜਿਹੀ ਲਾਈਟ ਭੰਨੀ ਗਈ ਚੱਲ ਕੋਈ ਨਹੀਂ ਸ਼ੀਸ਼ਾ ਬਦਲ ਦਾਂਗੇ ਇਹਦਾ ਅਤੇ ਇੱਧਰਲੀ ਲਾਈਟ ਵੀ ਖੋਲ੍ਹਤੀ ਅਤੇ ਹੁਣ ਅਸੀਂ ਖੋਲ੍ਹਣ ਲੱਗੇ ਹਾਂ ਛਤਰੀ ਛਤਰੀ ਖੋਲ੍ਹ ਕੇ ਥੱਲੇ ਵਧੀਆ ਨਾਲੇ ਰਮਿੰਗ ਵੱਜ ਜੂਗੀ ਨਾਲੇ ਜਿਹੜੀ ਰੰਗ ਰੁੰਗ ਲਿਆ ਵਾ ਇੱਥੇ ਰੰਗ ਕਰ ਦਾਂਗੇ ਅਤੇ ਬਾਕੀ ਇੱਕ ਲਾਈਟਾਂ 'ਤੇ ਵੀ ਥੋੜ੍ਹਾ ਥੋੜ੍ਹਾ ਕਾਲਾ ਕਲਰ ਕਰਨ ਵਾਲਾ ਉਹ ਵੀ ਕਰਾਂਗੇ ਅਤੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਜਾ ਕੇ ਖੋਲ੍ਹ ਲਈਏ ਅਸੀਂ ਹੁਣ ਨਾਟੋ ਨੂਰ ਛਤਰੀ ਲਓ ਵੀ ਬਾਬਿਓ ਖੋਲ੍ਹ ਲਈ ਛਤਰੀ ਅਤੇ ਹੁਣ ਆਪਾਂ ਛਤਰੀ ਦਾ ਕਰਾਂਗੇ ਕੰਮ ਧੋਣੇ ਆ ਛਤਰੀ ਨੂੰ ਧੋਣੇ ਆਗੇ ਹੁੱਡ ਨੂੰ ਅਤੇ ਰਹਿ ਗਿਆ ਇਕੱਲਾ ਟਰੈਕਟਰ ਲਓ ਜੀ ਆਪਾਂ ਸੋ ਕਰਤੀ ਜਮ੍ਹਾਂ ਤਿਆਰ ਨਾਲੇ ਕਰਤੀ ਟੈਂਕੀ ਅਤੇ ਆਹ ਕਰਤਾ ਤਿਆਰ ਪੂਰਾ ਅਤੇ ਪਿੱਛੇ ਲੱਗੇ ਹੋਏ ਹਾਂ ਇੱਥੇ ਸਿੱਟੇ ਜਿਹੇ ਪਏ ਹੋਏ ਸੀ ਲਾਈਕ ਇੱਦਾਂ ਦੇ ਸਿੱਟੇ ਜਿਹੇ ਪਏ ਹੋਏ ਸੀਗੇ ਅਤੇ ਉਹ ਕਰੀ ਜਾਂਦੇ ਹਾਂ ਤਿਆਰ ਅਤੇ ਅਸੀਂ ਅੰਦਰ ਲਿਆਏ ਸੀ ਟਰੈਕਟਰ ਛਤਰੀ ਲਾਹਤੀ ਛਤਰੀ ਧੋਤੀ ਉਹ ਪਈ ਆ ਛਤਰੀ ਵੀ ਗਾਹਾਂ ਅਤੇ ਬਸ ਤੁਹਾਨੂੰ ਅੱਗੇ ਮਿਲਦੇ ਹਾਂ ਚੱਲ ਕੇ ਫਿਰ ਲਓ ਵੀ ਬਾਬਿਓ ਆਹ ਕਰਤਾ ਰਿਮ ਤਿਆਰ ਅਤੇ ਨਵਾਂ ਸੋ ਉਹਦੇ ਨਾਲ ਮੈਚਿੰਗ ਕਰਤਾ ਅਤੇ ਇੱਧਰਲਾ ਦੇਖੋ ਬਾਬਾ ਫਰਕ ਆ ਯਾਰ ਇੱਧਰਲਾ ਦੇਖੋ ਮੈਂ ਇੱਧਰ ਨੂੰ ਦਿਖਾਉਣੇ ਆ ਫਿਰ ਮਿਲਦੇ ਹਾਂ ਅੱਗੇ ਇੱਕ ਪਾਸੇ ਆਹ ਮੰਗਰਿਆਟ ਦੇਖੋ ਇੱਕ ਪਾਸੇ ਆਹ ਦੇਖੋ ਬਾਬਿਓ ਆਹ ਲਾਈਟ 'ਤੇ ਰਹਿ ਗਿਆ ਸੀ ਰੰਗ ਅਤੇ ਇਹ ਸਾਡੇ ਕੋਲ ਰੰਗ ਨਹੀਂ ਹੈਗਾ ਕੱਲ੍ਹ ਨੂੰ ਸ਼ਹਿਰ ਜਾਵਾਂਗੇ ਅੱਜ ਹੋਲੀ ਦਾ ਕਰਕੇ ਅਸੀਂ ਜਾਂਦੇ ਨਹੀਂ ਗੇ ਅਤੇ ਲੋਗੋ ਨਵੇਂ ਮਹਿੰਦਰੇ ਵਾਲੇ ਲਿਆ ਕੇ ਲਾਵਾਂਗੇ ਇਹ ਲੋਗੋ ਲਾ ਦਾਂਗੇ ਅਤੇ ਆਹ ਰੰਗ ਰੁੰਗ ਵੀ ਇੱਥੇ ਟੁੱਟ ਗਈ ਸੀ ਲਾਈਟ ਇਹ ਬੈਲਡ ਕਰਵਾ ਕੇ ਰੰਗ ਮਾਰਾਂਗੇ ਨਾਲੇ ਝੰਡੇ ਦੀ ਪਾਈਪ 'ਤੇ ਮਾਰਾਂਗੇ ਅਤੇ ਇੱਕ ਦੋ ਥਾਵਾਂ 'ਤੇ ਹੋਰ ਅਤੇ ਹੁਣ ਅਸੀਂ ਨਾਲੇ ਤਾਂ ਰਬੜ ਪਾ ਦਈਏ ਨਾਲੇ ਸਲੈਂਸਰ ਕਸ ਸਲੈਂਸਰ ਆਹੀ ਕਸ ਦਈਏ ਕਿ ਦੂਜਾ ਕਸੀਏ ਆਹੀ ਕਰ ਦੇ ਗੇਰਾਂ ਤਾਂ ਯਾਰ ਗੇਰਾਂ ਮਾੜੀ ਲੁੱਕ ਜੀ ਤਾਂ ਆਊਗੀ ਚਲੋ ਬਾਬਿਓ ਕੱਸ ਲਈਏ ਫਿਰ ਅਸੀਂ ਸਲੈਂਸਰ ਬਹੁਤ ਔਖਾ ਸਲੈਂਸਰ ਕੱਸਣਾ ਇੱਥੇ ਬਾਬਿਓ ਬਹੁਤ ਔਖਾ ਗਾ ਕਲਿੰਪ ਕਲੁੰਪ ਪਾਉਣੇ ਕੱਸ ਲਈਏ ਅਸੀਂ ਸਲੈਂਸਰ ਫਿਰ ਲਓ ਵੀ ਬਾਬਿਓ ਖੋਲ੍ਹਤੇ ਮੰਗਰਿਆੜ ਸਲੈਂਸਰ ਸਾਥੋਂ ਕਸਿਆ ਨਹੀਂ ਗਿਆ ਹਾਲੇ ਅਤੇ ਮੰਗਰਿਆੜ ਖੋਲ੍ਹਤੇ ਅਤੇ ਰੰਗ ਰੁੰਗ ਕਰਕੇ ਵੀ ਆ ਗਏ